ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ 200 ਸਾਲ ਪੁਰਾਣੀ ਇਤਿਹਾਸਿਕ ਦਰਸ਼ਨੀ ਡਿਉੜੀ ਨੂੰ ਢਾਉਣ ਤੋਂ ਬਾਅਦ ਕਾਰ ਸੇਵਾ ਦੇ ਬਾਬੇ ਸਿੱਖ ਸੰਗਤ ਦੇ ਨਿਸ਼ਾਨੇ 'ਤੇ ਨੇ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਜਿਹੜੇ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵੀ ਲੜ ਰਹੇ ਨੇ, ਉਹਨਾਂ ਨੇ ਤਿੱਖੇ ਸ਼ਬਦਾਂ ਅਤੇ ਭਰੇ ਮਨ ਦੇ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ। ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਿੱਖ ਕੌਮ ਨੂੰ ਖਤਰਾ ਬਾਹਰਲਿਆਂ ਤੋਂ ਨਹੀਂ, ਆਪਣੇ ਅੰਦਰਲਿਆਂ ਤੋਂ ਹੀ ਹੋ ਚੁੱਕਾ ਹੈ। ਖਤਮ ਕਰਨਾ ਚਾਹੁੰਦੀ ਆ, ਪਹਿਲਾਂ ਆਪਣੀਆਂ ਇਤਿਹਾਸਿਕ ਇਮਾਰਤਾਂ ਨੂੰ ਖਤਮ ਕਰਨਗੇ ਅਤੇ ਲੋਕ ਜਿਹੜੇ ਉਹ ਜਿਹੜੇ ਆਮ ਜਿਹੜੀ ਅਗਲੀਆਂ ਜਨਰੇਸ਼ਨ ਆਉਣਗੀਆਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗੂਗਾ ਕਿ ਸਾਡਾ ਸਿੱਖਾਂ ਦਾ ਇਤਿਹਾਸ ਕੀ ਆ। ਅਤੇ ਸੈਰਗਾਹ ਬਣਾਉਣੀ ਚਾਹੁੰਦੇ ਆ ਹਰ ਬਿਲਡਿੰਗ ਨੂੰ, ਵੀ ਨਵੇਂ ਨਵੇਂ ਟੈਕਨੀਕ ਨਾਲ ਚੀਜ਼ਾਂ ਬਣਾਓ, ਪਰ ਜਿਹੜੀਆਂ ਸਾਡੀਆਂ ਇੰਨੀਆਂ ਵਿਰਾਸਤੀ ਚੀਜ਼ਾਂ ਉਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹਨਾਂ ਨੇ ਤਾਂ ਅਕਾਲ ਤਖ਼ਤ ਦੇ ਉੱਤੇ ਜੋ ਢਾਹ ਢਵਾਈ ਹੋਈ ਤਾਂ ਉਹਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ ਸੀ, ਸ਼ੀਸ਼ੇ ਵਿੱਚ ਮੜ ਕੇ ਰੱਖਣਾ ਚਾਹੀਦਾ ਸੀ, ਪਰ ਇਹਨਾਂ ਨੇ ਉੱਥੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਰਹਿਣ ਦਿੱਤਾ। ਇਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਇਹ ਮੈਨੂੰ ਲੱਗਦਾ ਹੈ ਪਤਾ ਨਹੀਂ ਕਿਹੜੇ ਸਿਧਾਂਤ 'ਤੇ ਕੰਮ ਕਰਦੇ ਆ ਕਿ ਜੋ ਮਲੀਆ ਮੇਟ ਕਰਦੇ ਹੋ ਇਤਿਹਾਸ ਦਾ ਅਤੇ ਕਾਰ ਸੇਵਾ ਦੇ ਨਾਂ 'ਤੇ। ਮੈਂ ਮਤਲਬ ਬਿਲਕੁਲ ਇਹ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਇਤਿਹਾਸ ਉਹ ਸਾਂਭਿਆ ਜਾਣਾ ਚਾਹੀਦਾ, ਨਾ ਕਿ ਉਹਨੂੰ ਢਾਹ ਢਵਾਈ ਕਰਕੇ। ਅਤੇ ਕਿਸੇ ਦੀ ਇਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਢਵਾ ਰਹੇ ਆ? ਵੀ ਮੈਨੂੰ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੈਥੋਂ ਕੋਈ ਮਨਜ਼ੂਰੀ ਨਹੀਂ ਲਈ ਗਈ, ਤਾਂ ਫਿਰ ਇਹ ਕੌਣ ਹੈ ਜਿਹੜੇ ਬਿਨਾਂ ਮਨਜ਼ੂਰੀ ਤੋਂ ਢਾਹ ਗਏ? ਕੀ ਲੇਬਰ ਨੇ ਆਪਣੀ ਮਰਜ਼ੀ ਨਾਲ ਢਾਹ ਤਾ? ਇਹ ਸਵਾਲ ਹੈ ਸਾਡਾ ਸਿੱਖ ਸੰਗਤ ਦਾ ਸਾਰੀ ਦਾ, ਵੀ ਬਿਨਾਂ ਮਨਜ਼ੂਰੀ ਤੋਂ ਇਹ ਢਹਿ ਨਹੀਂ ਸਕਦਾ ਅਤੇ ਸ਼੍ਰੋਮਣੀ ਕਮੇਟੀ ਪੂਰੀ ਦੀ ਤਰ੍ਹਾਂ ਜ਼ਿੰਮੇਵਾਰ ਹੈ ਇਹਦੇ ਲਈ। ਹਾਂਜੀ, ਬਿਲਕੁਲ ਚਾਹੁੰਦੀ ਹਾਂ। ਮੈਂ ਕਹਿੰਦੀ ਵੀ ਇਹ ਬਹੁਤ ਵੱਡੀ ਘਟਨਾ ਹੈ ਸਾਡੇ ਲਈ, ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਆ, ਇੱਥੇ ਸੰਗਤਾਂ ਆ ਕੇ ਪ੍ਰੋਟੈਸਟ 'ਤੇ ਬਹਿ ਗਈਆਂ, ਅਤੇ ਉਹਨੂੰ ਚਾਹੀਦਾ ਹੈ ਕਿ ਆਪ ਆ ਕੇ ਪਹਿਲਾਂ ਵੇਖੇ ਤਾਂ ਸਹੀ ਵੀ ਮਨਜ਼ੂਰੀ ਦਿੱਤੀ ਆ ਜਾਂ ਨਹੀਂ ਦਿੱਤੀ ਆ, ਅਤੇ ਜੇ ਦਿੱਤੀ ਆ ਤਾਂ ਉਹਨੂੰ ਇਮੀਡੀਏਟ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ।